ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਡਾਕਟਰ ਚੰਨਪੀ ਸਿੰਘ ਆਪਣੇ ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਪਦਾ ਸਵਾਗਤ ਕਰਦਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਕਿ ਸਰੋਂ ਦੀ ਕਿਹੜੀ ਕਿਸਮ ਬੀਜੀਏ ਜਿਹਦੇ ਕਰਕੇ ਆਪਾਂ ਜਲਦੀਆਂ ਬਿਮਾਰੀਆਂ ਤੋਂ ਬਚ ਸਕੀਏ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਦੀ ਭਾਇਨਾਥ ਵਾਲੀ ਟਾਈਮ ਦੇ ਵਿੱਚ ਆਪਾਂ ਕਈ ਵਾਰ ਇਹਦੀਆਂ ਚੀਜ਼ਾਂ ਖਾ ਲੈਨੇ ਆ ਜਿਹਦੇ ਕਰਕੇ ਆਪਣੇ ਸਰੀਰ ਦੇ ਵਿੱਚ ਚਰਬੀ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਨੂੰ ਕਹਿੰਦੇ ਆਪਾਂ ਕੋਲੇਸਟ੍ਰੋਲ ਵੱਧ ਜਾਂਦਾ ਹੈ ਜੀਦੇ ਕਰਕੇ ਆਪਾਂ ਨੂੰ ਦਿਲ ਦੀਆਂ ਬਿਮਾਰੀਆਂ ਜਿਵੇਂ ਕਿ ਹਰਟ ਅਟੈਕ ਆਉਣ ਦੇ ਚਾਂਸ ਜਿਹੜੇ ਵੱਧ ਜਾਂਦੇ ਆ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਸਰੋਂ ਦਾ ਨਾਂ ਹੈਗਾ ਕਨੋਲਾ ਸਰੋਂ ਇਸ ਨੂੰ ਕੋਲੋਨਾਪਾ ਤਾਂ ਕਹਿੰਦੇ ਆ ਕਿ ਦੋਸਤੋ ਇਹਦੇ ਵਿੱਚ ਜਿਹੜਾ ਅਰੂਸਿਕ ਐਸਿਡ ਆ ਉਹ 2% ਘੱਟ ਹੁੰਦਾ ਤੇ ਜਿਹੜਾ ਗਲੂਕੋਸਾਈਨੋਲੇਟ ਹੈਗਾ ਉਹ 30 ਮਾਈਕਰੋਮੋਲ ਪਰ ਗ੍ਰਾਮ ਤੋਂ ਜਿਹੜਾ ਘੱਟ ਹੁੰਦਾ ਤੇ ਕਿਸਾਨ ਵੀਰੋ ਜਿਹੜਾ ਅਰੂਸਿਕ ਐਸਿਡ ਜੇਕਰ ਜ਼ਿਆਦਾ ਹੋਵੇ ਤਾਂ ਉਹ ਆਪਣੀਆਂ ਜਿਹੜੀਆਂ ਨਾੜਾਂ ਮੋਟੀਆਂ ਕਰ ਦਿੰਦਾ ਜਿਹਦੇ ਕਰਕੇ ਕਿ ਆਪਾਂ ਨੂੰ ਦਿਲ ਦੀਆਂ ਬਿਮਾਰੀਆਂ ਲੱਗਣ ਦੇ ਦਾ ਖ਼ਸ਼ਾ ਹੋ ਵੱਜ ਜਾਂਦਾ ਸੋ ਇਹਦੇ ਵਿੱਚ ਅਰੂਸਿਕ ਐਸਿਡ ਘੱਟ ਹੋਣ ਕਾਰਨ ਜਿਹੜਾ ਆਪਣਾ ਓਇਲਿਕ ਐਸਿਡ ਹੁੰਦਾ ਉਹਦੀ ਮਾਤਰਾ ਹੈਗੀ ਹੈ ਜਿਹੜੀ 18 ਤੋਂ 20% ਦੀ ਜਗ੍ਹਾ 60 ਤੋਂ 67% ਹੋ ਜਾਂਦੀ ਹੈ ਜਿਹੜੀ ਕਿ ਦਿਲ ਲਈ ਬਹੁਤ ਹੀ ਚੰਗਿਆ ਓਇਲਿਕ ਐਸਿਡ ਤੇ ਇਸ ਤਰ੍ਹਾਂ ਜਿਹੜਾ ਆਪਣੀ ਇਹ ਮਨੁੱਖੀ ਸਿਹਤ ਲਈ ਬਹੁਤ ਹੀ ਵਧੀਆ ਹੈ ਤੇ ਜੇਕਰ ਆਪਾਂ ਗੱਲ ਕਰੀਏ ਕਿ ਪਸ਼ੂਆਂ ਦੇ ਵਿੱਚ ਜਿਹੜਾ ਆਪਣਾ ਗਲੂਕੋਸਾਈਨੋਲੇਟ ਹੁੰਦਾ ਹੈ ਜੇਕਰ ਉਹ ਦੋਸਤੋਂ ਵੱਧ ਹੋਵੇ ਤਾਂ ਉਹ ਪਸ਼ੂ ਨੂੰ ਜਿਹੜੀ ਭੁੱਖ ਵੀ ਨਹੀਂ ਲੱਗਣ ਦਿੰਦਾ ਤੇ ਦੂਸਰਾ ਜਿਹੜਾ ਹੈਗਾ ਜਨਨ ਸਮਰੱਥਾ ਨੂੰ ਵੀ ਘਟਾਉਂਦਾ ਹੈ ਤੇ ਦੂਜੀ ਗੱਲ ਇਹ ਹੈ ਉਹਦੇ ਵਿੱਚ ਜਿਹੜਾ ਗੱਲੜ ਰੋਗ ਹੈ ਉਹ ਵੀ ਵੱਧਾ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਗਲੂਕੋਸਾਈਨੋਲੇਟ ਘੱਟ ਹੋਣ ਕਾਰਨ ਜਿਹੜਾ ਇਹ ਪਸ਼ੂਆਂ ਦੀ ਸਿਹਤ ਲਈ ਵੀ ਬਹੁਤ ਵਧੀਆ ਸਰੋਂ ਹੈਗੀ ਹੈ ਤਾਂ ਹੁਣ ਗੱਲ ਕਰੀਏ ਆਪਾਂ ਕਨੋਲਾ ਦੀ ਕਿਸਮਾਂ ਦੀ ਇਹਦੀਆਂ ਆਪਾਂ ਨੂੰ ਤਿੰਨ ਕਿਸਮਾਂ ਅਵੇਲੇਬਲ ਹੈਗੀਆਂ ਪੀਜੀਐਸਐਚ 1707 जीएससी 7 जीएससी 6 ਤੇ ਕਿਸਾਨ ਵੀਰੋ पीजीएसएच 1707 ਹੈ ਜਿਹੜੀ ਉਹ ਪੱਕਣ ਵਿੱਚ 162 ਦਿਨ ਲੈਂਦੀ ਹੈ ਝਾੜ 8.8 ਕੁਇੰਟਲ ਅਤੇ ਤੇਲ ਦੀ ਮਾਤਰਾ 48% ਹੈ ਜਿਹੜੀ ਜੀਐਸਸੀ 7 ਵੈਰਾਈਟੀ ਹੈ ਉਹ ਪੱਕਣ ਵਿੱਚ 154 ਦਿਨ ਲੈਂਦੀ ਹੈ ਝਾੜ ਇਹਦਾ 8.9 ਤੇ ਤੇਲ ਦੀ ਮਾਤਰਾ 40.5% ਹੁੰਦੀ ਹੈ ਜੀਐਸਸੀ 6 ਵੈਰਾਈਟੀ ਪੱਕਣ ਵਿੱਚ 145 ਦਿਨ ਚਾਰ 1.8 ਪੁਆਇੰਟ 1 ਕੰਟਲ ਤੇ ਤੇਲ ਦੀ ਮਾਤਰਾ 39% ਹੁੰਦੀ ਹੈ ਹੁਣ ਆਪਾਂ ਗੱਲ ਕਰਾਂਗੇ ਇਹਦੇ ਬੀਜ ਦੀ ਮਾਤਰਾ ਕਿਸਾਨ ਵੀਰੋ ਇਹਦਾ ਜਿਹੜਾ ਬੀ ਹੈ ਤਕਰੀਬਨ 1.5 ਕਿਲੋ ਪ੍ਰਤੀ ਏਕੜ ਪੈਂਦਾ ਹੈ ਬਜਾਈ ਦਾ ਜਿਹੜਾ ਉਹ ਸਮਾਂ ਹੈਗਾ ਉਹ 10 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਆਪਾਂ ਇਹਦੀ ਬਜਾਈ ਕਰ ਸਕਦੇ ਹਾਂ ਤੇ ਬੀਜਣ ਲੱਗੇ ਆਪਾਂ ਜਿਹੜਾ ਹੈਗਾ ਕਤਾਰਾਂ ਤੋਂ ਕਤਾਰਾਂ ਦਾ ਫਾਸਲਾ ਜਿਹੜਾ ਹੈਗਾ 45 ਸੈਂਟੀਮੀਟਰ ਹੋਣਾ ਚਾਹੀਦਾ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਹੈਗਾ ਜਿਹੜਾ 10 ਸੈਂਟੀਮੀਟਰ ਹੋਣਾ ਚਾਹੀਦਾ ਤੇ ਜਿਹੜੀ ਇਹਨੂੰ ਖਾਦ ਚਾਹੀਦੀ ਹੈ ਦੋਸਤੋ ਯੂਰੀਆ 90 ਕਿਲੋ ਚਾਹੀਦਾ ਜਿਹੜਾ ਕਿ ਆਪਾਂ ਪਹਿਲੀ ਕਿਸ਼ਤ ਬਜਾਈ ਤੇ ਤੇ ਦੂਜੀ ਕਿਸ਼ਤ ਪਹਿਲੇ ਪਾਣੀ ਤੇ ਪਾਉਣੀ ਹੈ ਤੇ ਜਿਹੜੀ ਇਹਨੂੰ ਫਾਸਫੋ ਡੀਏਪੀ ਦੀ ਬਜਾਏ ਇਹਦੇ ਵਿੱਚ ਆਪਾਂ ਸੁਪਰ ਫਾਸਫਰ ਪਾਵਾਂਗੇ ਜਿਹਦੇ ਵਿੱਚ ਗੰਧਕ ਤੱਤ ਵੀ ਹੁੰਦਾ ਤੇ ਉਹਦੀ ਮਾਤਰਾ ਜਿਹੜੀ ਹੈਗੀ ਹੈ 75 ਕਿਲੋ ਪ੍ਰਤੀ ਏਕੜ ਦੀ ਹੈਗੀ ਹੈ ਤੇ ਜੇਕਰ ਆਪਾਂ ਨੂੰ ਸੁਪਰ ਕਿਸੇ ਕਾਰ ਨਾ ਮਿਲ ਸਕੇ ਤਾਂ ਫਿਰ ਆਪਾਂ ਕੀ ਹੈ 80 ਕਿਲੋ ਜਿਪਸਮ ਪਾ ਸਕਦੇ ਆ ਜਾਂ 13 ਕਿਲੋ ਬੈਂਟੋਨਾਈਟ ਸਲਫਰ 13 ਕਿਲੋ ਪ੍ਰਤੀ ਕਿੱਲੇ ਦੀ ਪਾ ਸਕਦੇ ਆ ਤੇ ਵੈਸੇ ਤਾਂ ਆਪਣੀਆਂ ਜ਼ਮੀਨਾਂ ਵਿੱਚ ਪोटाश ਕਾਫੀ ਹੈ ਜੇਕਰ ਕਿਸੇ ਨੇ ਮਿੱਟੀ ਪਰਖ ਕਰਾਈਏ ਤੇ ਪोटाश ਦੀ ਮਾਤਰਾ ਘਟਾਈ ਹੈ ਤਾਂ ਉਹਦੇ ਵਿੱਚ ਆਪਾਂ ਪोटाश 10 ਕਿਲੋ ਪ੍ਰਤੀ ਏਕੜ ਪਾ ਸਕਦੇ ਆ ਇਹ ਸੀ ਦੋਸਤੋ ਆਪਣਾ ਕਲੋਲਾ ਸਰੋਂ ਦਾ ਪਹਿਲਾ ਭਾਗ ਤੇ ਦੂਸਰਾ ਭਾਗ ਮੈਂ ਆਪਾਂ ਜੀ ਨੂੰ ਜਲਦੀ ਹੀ ਇਸ ਚੈਨਲ ਤੇ ਅਪਲੋਡ ਕਰਾਂਗਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ ਧੰਨਵਾਦ